ਜਿੰਦਾਬਾਦ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਖਿਲਾਫ ਬਣਾਈ ਵਿਵਸਥਾ ਆ ਜੇ ਉਹਦੇ ਨਾਲ ਕੋਈ ਲੜ ਸਕਦਾ ਤੇ ਸਿਰਫ ਬਹੁਜਨ ਸਮਾਜ ਪਾਰਟੀ ਇਸ ਕਰਕੇ ਇਹਨਾਂ ਨੂੰ ਆਪਾਂ ਭੜਕਾ ਛੱਡੀਏ 70 ਸਾਲ ਆਪਾਂ ਦਿੱਤੇ ਆ ਚਾਹੇ ਕਾਂਗਰਸ ਹੈ ਬੀਜੇਪੀ ਆਪ ਆ ਸਾਰੀਆਂ ਲੋਕਾਂ ਦੇ ਖਿਲਾਫ ਕੰਮ ਕਰਨ ਵਾਲੀ ਆਪ ਨੇ 70-80 ਹਜ਼ਾਰ ਕਰੋੜ ਕਰਜ਼ਾ ਚੱਕ ਲਿਆ ਜਦੋਂ ਸੂਬਾ ਹੀ ਕਰਜ਼ਾ ਹੀ ਹੋ ਗਿਆ ਤੇ ਡਿਵੈਲਪਮੈਂਟ ਜੋ ਮਰਜ਼ੀ ਕਹੀ ਜਾਣ ਕੋਈ ਡਿਵੈਲਪਮੈਂਟ ਨਹੀਂ ਹੋਣੀ ਜਿੱਦਾਂ ਮਰਜ਼ੀ ਕਹੀ ਜਾਣ ਪੈਨਸ਼ਨ ਜੀ ਹੁਣ ਲਾ ਦੇਵਾਂਗੇ ਅਸੀਂ ਜਾਂ ਪੈਸਾ ਹੀ ਹੈ ਨਹੀਂ ਕਿੱਦਾਂ ਪੈਨਸ਼ਨ ਆ ਆਪਾਂ ਤਰਕ ਕਰੀਏ ਜਦੋਂ 1000 ਹਜ਼ਾਰ ਕਹਿੰਦੇ ਸੀ ਅਸੀਂ ਜਦੋਂ ਪੈਸਾ ਹੀ ਹੈ ਨਹੀਂ ਕਿੱਦਾਂ 1000 ਹਜ਼ਾਰ ਰੁਪਇਆ ਦੇਣਾ ਜ਼ਮੀਨ ਵੀ ਤਾਂ ਹੋਣੀ ਚਾਹੀਦੀ ਆ ਚੀਜ਼ ਨੂੰ ਲਾਗੂ ਹੋਣ ਦੇ ਤੇ ਕੁਛ ਨਹੀਂ ਮਿਲਣਾ ਜਦ ਤੱਕ ਆਪਾਂ ਇਹਨਾਂ ਨੂੰ ਹਰਾਉਂਦੇ ਨਹੀਂ ਇਹਨਾਂ ਨੂੰ ਬਦਲਦੇ ਤੇ ਆਪਾਂ ਨੂੰ ਆਪ ਹੀ ਸਟੈਂਡ ਕਰਨਾ ਪੈਣਾ ਜਿਹੜੀ BSP ਆ ਦੇਖੋ UP ਦੇ ਵਿੱਚ ਸਕੂਲ ਬਣਾਏ ਹਸਪਤਾਲ ਬਣਾਏ ਸਫਾਈ ਕਰਮੀਆਂ ਬੱਚਿਆਂ ਦੀ ਗੱਲ ਹੈ ਪੂਰੇ 1.5 ਲੱਖ ਸਫਾਈ ਕਰਮੀ ਪੱਕਾ ਕੀਤਾ ਜੀ ਸਿਰਫ 5 ਸਾਲ ਦਾ ਰਾਜ ਮਿਲਿਆ ਸਾਨੂੰ ਨਹੀਂ ਆ ਦੇਖੋ ਧੀਏ ਨੇ ਧਰਨਾ ਲਾਉਣਾ ਪੈਂਦਾ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਉਹਨਾਂ ਤੋਂ ਕੁਛ ਨਹੀਂ ਸਿਵਾਏ ਤੁਹਾਡੀ ਲੁੱਟ ਦੇ ਕਮਜ਼ੋਰ ਕਰਨ ਦੇ ਤੁਹਾਨੂੰ ਇਸ ਕਰਕੇ ਆਪਾਂ ਸਾਰੇ ਇੱਧਰ ਤੁਰੀਏ ਔਰ ਅਸੀਂ ਬਿਨਾਂ ਸੱਤਾ ਤੋਂ ਵੀ ਲੋਕਾਂ ਦੇ ਨਾਲ ਖੜੇ ਹੋਈਏ ਤੇ ਜੇ ਸੱਤਾ ਮਿਲ ਜੂਗੀ ਹੋਰ ਵਧੀਆ ਢੰਗ ਨਾਲ ਅਸੀਂ ਲੋਕਾਂ ਦੀ ਸੇਵਾ ਕਰ ਸਕਾਂਗੇ ਇੰਨੀਆਂ ਬੇਨਤੀਆਂ ਨੂੰ ਤੁਸੀਂ ਉਮੀਦ ਕਰਦਾ ਵੀ ਤੁਸੀਂ ਇਹ ਪਾਰਟੀਆਂ ਜਿਹੜੀਆਂ ਲੋਕਾਂ ਦੇ ਖਿਲਾਫ ਕੰਮ ਕਰਦੀਆਂ ਤੁਹਾਡੇ ਖਿਲਾਫ ਕੰਮ ਕਰਦੀਆਂ ਉਹਨਾਂ ਨੂੰ ਰੱਦ ਕਰੂੰਗੇ ਹਰਾਉਂਗੇ ਜਿਹੜੀ ਤੁਹਾਡੇ ਹੱਕਾਂ ਲਈ ਲੜਨ ਵਾਲੀ ਘੇਰਿਆ ਉਹਨੂੰ ਜਿਤਾ ਕੇ ਆਪਾਂ ਸਾਰੇ ਜਿਹੜਾ ਆ ਜਿਤਾਉਣ ਲਈ ਕੰਮ ਕਰਾਂਗੇ ਤਾਂ ਕਿ ਅਸੀਂ ਆਪ ਆਪਣੇ ਹੱਥੀ ਲੋਕਾਂ ਦੇ ਭਲੇ ਲਈ ਉਹਨਾਂ ਦੀ ਬਿਹਤਰੀ ਲਈ ਅਸੀਂ ਕੰਮ ਕਰ ਸਕੀਏ ਇੰਨੀਆਂ ਬੇਨਤੀਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਬਹੁਜਨ ਸਮਾਜ ਪਾਰਟੀ ਬਹੁਤ ਬਹੁਤ ਧੰਨਵਾਦ ਬਲਵਿੰਦਰ ਕੁਮਾਰ ਐਡਵੋਕੇਟ ਸਾਹਿਬ ਜੀ ਸਾਰਾ ਮਹੱਲਾ ਤੁਹਾਡੇ ਨਾਲ ਖੜੇ ਆ ਜ਼ਿੰਦਗੀ 'ਚ ਸਾਡੇ ਲੋਕਾਂ ਨੇ ਮੈਨੂੰ ਲੱਗਦਾ ਹਾਥੀ ਨੂੰ ਇਹਨਾਂ ਲੋਕਾਂ ਨੇ ਵੋਟ ਨਹੀਂ ਪਾਈ ਇਸ ਵਾਰ ਸਾਰੇ ਇਹ ਹਾਥੀ ਨੂੰ ਵੋਟ ਪਾਉਣ ਜਾ ਰਹੇ ਆ ਔਰ ਪਿੰਡਾਂ ਦੇ ਵਿੱਚ ਵੀ ਹੁਣ ਜਿੰਨਾ ਕੁ ਸਾਡੇ ਕੋਲ 20 ਦਿਨ ਹੈਗੇ ਆ ਅਸੀਂ 40-50 ਪਿੰਡਾਂ ਦੇ ਵਿੱਚ ਜਾਵਾਂਗੇ ਜਾਣਾ ਆ ਕੁਛ ਪਿੰਡਾਂ 'ਚ 10 ਕੁ ਪਿੰਡਾਂ 'ਤੇ ਜਾਏ ਹਾਂ ਔਰ ਉੱਥੇ ਵੀ ਜਿਹੜੇ ਸਾਡੇ ਲੋਕ ਆ ਜਦੋਂ ਘਰਾਂ 'ਚ ਜਾਈਦਾ 10-10 ਬੀਬੀਆਂ ਇਕੱਠੀਆਂ ਹੋ ਜਾਂਦੀਆਂ ਉਹ ਜਿੰਨਾ ਪੁਰਾਣੀਆਂ ਸਰਕਾਰਾਂ ਦਾ ਗੁੱਪ ਘਲਾਟਿਆ ਉਹ ਸਾਡੇ 'ਤੇ ਕੱਢ ਦਿੰਦੀਆਂ ਫਿਰ ਉਹਨਾਂ ਨੂੰ ਦੱਸੀਦਾ ਵੀ ਇਹ ਹਾਥੀ ਨੂੰ ਤਾਂ ਆਪਾਂ ਜ਼ਿੰਦਗੀ 'ਚ ਕਦੀ ਵੋਟ ਹੀ ਨਹੀਂ ਪਾਈ ਅਤੇ ਇਹਨੂੰ ਵੋਟ ਪਾਓ ਜਿਤਾਓ ਇਸ ਵਾਰ ਸਾਡੇ ਭਾਜੀ ਜਿੱਤਣ ਜਾ ਰਹੇ ਆ ਥੋੜ੍ਹੀ ਜਿਹੀ ਵੋਟ ਚਾਹੀਦੀ ਆ ਕਿ ਪਿਛਲੀ ਵਾਰੀ 2 ਲੱਖ ਤੋਂ ਉੱਪਰ ਪਈ ਇਸ ਵਾਰ ਆਪਾਂ ਜਿੱਤ ਜਾਣਾ ਆ ਅਤੇ ਫਿਰ ਤੁਹਾਨੂੰ ਪਤਾ ਲੱਗੂਗਾ ਸਿਸਟਮ ਜਦੋਂ ਆਪਣੇ ਹੱਥ ਆਊਗੀ ਹਾਲੇ ਤਾਂ ਮੇਰੇ ਕੋਲ ਜਿੰਨੀ ਕੁ ਪਾਵਰ ਆ ਮੈਂ ਵਰਤਦਾ ਆ ਆਪਣੇ ਨਾਲੋਂ ਵੱਧ ਕੇ ਮੈਂ ਵਰਤਦਾ ਜੇ 100% ਪਾਵਰ ਆ ਤਾਂ ਮੈਂ 200% ਵਰਤਦਾ ਅਤੇ ਜਿਹੜੇ ਲੋਕਾਂ ਨੂੰ ਇੱਥੇ ਪਾਵਰ ਦਿੱਤੀ ਆ ਉਹ ਇੱਥੇ ਬੈਠ ਕੇ ਬੀੜੀਆਂ ਪੀਂਦੇ ਆ ਤਾਸ਼ਾਂ ਖੇਡਦੇ ਆ ਸਾਡੀਆਂ ਬੁੜੀਆਂ ਲੰਘਦੀਆਂ ਸਾਰੀਆਂ ਦੇਖਦੇ ਅਤੇ ਉਹ ਦੂਜੇ ਆ ਜਿਹੜੇ ਉਹ ਇੱਥੋਂ ਪਾਵਰ ਲੈ ਜਾਂਦੇ ਆ ਪਾਵਰ ਲਿਜਾ ਕੇ ਉਹ ਉੱਥੇ ਚੰਡੀਗੜ੍ਹ ਰੱਖ ਦਿੰਦੇ ਨੇ ਜਾ ਕੇ ਇਸ ਕਰਕੇ ਇਹ ਆਪਣੇ ਪਰਿਵਾਰ ਆ ਗਰੀਬ ਆਪਣੇ ਵਰਗੇ ਲੋਕ ਆ ਆਪਣੇ ਵਿੱਚ ਰਹਿੰਦੇ ਆ ਇਹਨਾਂ ਨੇ ਜਿੱਤ ਕੇ ਵੀ ਆਪਣੇ 'ਚ ਹੀ ਰਹਿਣਾ ਕਿਉਂਕਿ ਇਹਨਾਂ ਨਾਲ ਆਪਣੀਆਂ ਰਿਸ਼ਤੇਦਾਰੀਆਂ ਸਾਂਝਾਂ ਆ ਅਤੇ ਜੇਕਰ 80-85% ਲੋਕ ਆਪਾਂ ਇਕੱਠੇ ਹੋ ਜਾਈਏ ਵਾਲਮੀਕ ਸਮਾਜ ਆਦਰਣੀ ਸਮਾਜ ਜਿਹੜਾ ਜੇ ਆਪਾਂ ਹੀ ਦੋਨੇ ਕੌਮਾਂ ਹੀ ਇਕੱਠੀਆਂ ਹੋ ਜਾਈਏ
ਤਾਂ 200% ਆਪਣੀ ਜਿੱਤ ਯਕੀਨੀ ਆ। ਅਤੇ ਸ਼ਾਹਪੁਰ ਹਲਕੇ 'ਚੋਂ ਵੀ ਇਸ ਵਾਰ ਬਹੁਜਨ ਸਮਾਜ ਪਾਰਟੀ ਦੀ ਹਨੇਰੀ ਚੱਲਣੀ ਆ, ਤੁਸੀਂ ਦੇਖ ਲਿਓ। ਇੱਕ ਜੂਨ ਨੂੰ ਵੋਟਾਂ ਪੈਣੀਆਂ। ਸਾਰੀਆਂ ਬੀਬੀਆਂ ਨੂੰ, ਸਾਰਿਆਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਆ, ਸ਼ਾਹਪੁਰ ਹਲਕਾ ਆਪਾਂ ਜਿਤਾਉਣਾ, ਆਪਾਂ ਵੀ ਵੋਟਾਂ ਪਾਉਣੀਆਂ ਪਿੰਡਾਂ ਦੇ ਵਿੱਚ ਆਪਣੀ, ਜਿੱਥੇ ਜਿੱਥੇ ਰਿਸ਼ਤੇਦਾਰੀ ਆ ਫੋਨ ਕਰੋ ਸਾਰਿਆਂ ਨੂੰ, ਕਹੋ ਵੀ ਆਪਾਂ ਆਪਣੀ ਗਰੀਬਾਂ ਵਾਲੀ ਪਾਰਟੀ ਹਾਥੀ ਚੋਣ ਨਿਸ਼ਾਨ ਆ। ਹਾਥੀ ਤੋਂ ਵੱਡਾ ਚੋਣ ਨਿਸ਼ਾਨ ਹੀ ਹੈ ਨਹੀਂ ਦੁਨੀਆਂ 'ਚ ਕੋਈ, ਸਭ ਤੋਂ ਵੱਡਾ। ਕਹਿੰਦੇ ਹੁੰਦੇ ਆ ਕਿ ਉਹ ਦੂਜੀਆਂ ਸਟੇਟਾਂ ਦੇ ਵਿੱਚ ਆਪਣੇ ਗਰੀਬ ਲੋਕਾਂ ਨੂੰ ਘੋੜੀ 'ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਅਤੇ ਇਹ ਬਹੁਜਨ ਸਮਾਜ ਪਾਰਟੀ ਕਹਿੰਦੀ ਘੋੜੀ ਛੱਡੋ, ਹਾਥੀ 'ਤੇ ਚੜ੍ਹ ਜਾਓ ਸਾਰੇ। ਇਸ ਕਰਕੇ ਮੇਰੀ ਬੇਨਤੀ, ਹੱਥ ਜੋੜ ਕੇ, ਪਤਾ ਲੱਗੇ ਜਦੋਂ ਰਿਜ਼ਲਟ ਇਹਨਾਂ ਨੇ ਚੈੱਕ ਕਰਨੇ ਆ, ਔਰ ਆਪਣੀ ਵਾਰਡ ਦਾ ਜਿਹੜਾ ਰਿਜ਼ਲਟ ਅੱਗੇ ਸਭ ਤੋਂ ਪੂਰੇ ਹਲਕੇ ਦੇ ਵਿੱਚ 250 ਪਿੰਡਾਂ ਦੇ ਵਿੱਚੋਂ ਆਪਣਾ ਜਿਹੜਾ ਰਿਜ਼ਲਟ ਆ, ਮਹਿਤਪੁਰ ਦੇ ਵਿੱਚੋਂ ਵੀ ਰਿਜ਼ਲਟ ਸਭ ਤੋਂ ਉੱਪਰਲੇ 2-4-5 ਨੰਬਰਾਂ ਦੇ ਵਿੱਚ ਆਉਂਦਾ ਹੁੰਦਾ, ਔਰ ਇਸ ਵਾਰ ਵੀ ਦੱਸਣਾ ਚਾਹੀਦਾ ਦੂਰੋਂ ਹੀ ਕਿ ਇਹ ਇਸ ਵਾਰ ਵੀ ਰਿਜ਼ਲਟ ਆਪਣਾ ਹਾਥੀ ਦੇ ਹੱਕ ਦੇ ਵਿੱਚ, ਬਹੁਜਨ ਸਮਾਜ ਪਾਰਟੀ ਦੇ ਹੱਕ 'ਚ ਆਇਆ। ਇੰਨਾ ਮੈਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ। ਲਵਵੀਰ ਸਾਡਾ ਆਦਰਾਮਾਨ ਤੋਂ, ਉਹ ਵੀ ਪਹੁੰਚਿਆ, ਇਹਨੇ ਪਾਰਟੀ ਵੀ ਜੁਆਇਨ ਕੀਤੀ ਆ। ਸੁਤਾ ਸਾਹਿਬ ਸਾਡੇ ਸਾਬੀ ਵੀਰ ਜੀ, ਸਾਡੇ ਮੁਹੱਲੇ ਦੇ ਪੁਰਾਣੇ ਪ੍ਰਧਾਨ ਸੱਦੀ ਭਾਅ ਜੀ, ਹੋਰ ਬੀਬੀਆਂ ਸਾਰੀਆਂ, ਸਾਰਿਆਂ ਦਾ ਧੰਨਵਾਦ। ਜਿੰਨੇ ਵੀ ਵੀਰ ਆਏ, ਜਿਹਨਾਂ ਦਾ ਗੋਰਾ ਸੰਧੋਵਾਲ ਤੋਂ ਆਇਆ, ਮੇੜੂ ਤੋਂ ਆਇਆ ਸਾਡੇ ਮਾਣਾ ਭਾਅ ਜੀ, ਸਾਡੇ ਅਤੇ ਪੰਚਾਇਤ ਮੈਂਬਰ ਵੀ ਰਹੇ ਆ, ਉਹ ਵੀ ਆਏ ਆ ਇੱਥੇ, ਸਾਰਿਆਂ ਦਾ ਧੰਨਵਾਦ। ਸੋਨੀ ਵੀਰ ਸਾਡਾ, ਸਾਰੇ ਆਪਣੇ ਕੰਮਾਂ ਧੰਦਿਆਂ 'ਚੋਂ ਟਾਈਮ ਕੱਢ ਕੇ ਆਏ, ਸਾਰਿਆਂ ਦਾ ਧੰਨਵਾਦ। ਬੀਬਾ ਭਾਅ ਜੀ, ਸਾਰੇ ਮੁਹੱਲਾ ਨਿਵਾਸੀ, ਸਾਡੇ ਪਤਿਆਲ ਪਰਿਵਾਰ, ਵਿਜੇ ਭਾਅ ਜੀ, ਸਾਡੇ ਦੋਨੇ ਭਰਾ ਰਾਮ ਪ੍ਰਕਾਸ਼ ਜੀ ਅਤੇ ਦੂਜੇ ਓਮ ਪ੍ਰਕਾਸ਼ ਜੀ, ਸਾਰੇ ਆਏ ਆ। ਸਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਸਾਡੇ ਤੰਦਾਵਰੇ ਤੋਂ ਭਾਅ ਜੀ, ਜਿਹੜੇ ਪਾਰਟੀ ਸ਼ਾਮਲੇ, ਉਹਨਾਂ ਦਾ ਵੀ ਧੰਨਵਾਦ, ਅੰਕਲ ਹੋਣਾ ਦਾ ਵੀ, ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਅਤੇ ਹੁਣ ਆਪਾਂ ਇੱਕ ਯਾਦਗਾਰ ਸਾਰਿਆਂ ਨੇ ਤਾਂ ਫੋਟੋ ਕਰਾਉਣੀ ਆ, ਅਤੇ ਫੋਟੋ ਤੋਂ ਬਾਅਦ ਆਪਾਂ ਪ੍ਰੋਗਰਾਮ ਦੀ ਸਮਾਪਤੀ। ਸਾਰਿਆਂ ਨੂੰ ਧੰਨਵਾਦ। ਜੈ ਭੀਮ, ਜੈ ਭਾਰਤ। ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ। ਐਡਵੋਕੇਟ ਭਵਿੰਦਰ ਕੁਮਾਰ ਉਮੀਦਵਾਰ, ਬਹੁਜਨ ਸਮਾਜ ਪਾਰਟੀ ਲੋਕ ਸਭਾ ਜਲੰਧਰ। ਅੱਜ ਇੱਥੇ ਸਾਡੀ ਸ਼ਾਹਪੁਰ ਹਲਕੇ ਦੇ ਵਿੱਚ ਮੀਟਿੰਗ ਹੋਈ ਹੋਈ ਆ, ਔਰ ਸਾਨੂੰ ਬਹੁਤ ਵਧੀਆ ਭਰਮਾ ਹੁੰਗਾਰਾ ਮਿਲ ਰਿਹਾ, ਕਿਉਂਕਿ ਲੋਕ ਇਹ ਸਮਝ ਰਹੇ ਆ ਵੀ ਲੰਬੇ ਸਮੇਂ ਦੇਸ਼ 'ਚ ਪਹਿਲਾਂ ਕਾਂਗਰਸ ਨੇ ਰਾਜ ਕੀਤਾ ਅਤੇ ਹੁਣ ਭਾਜਪਾ, ਔਰ ਦੋਨਾਂ ਨੇ ਲਗਾਤਾਰ ਲੋਕ ਹਿੱਤਾਂ ਦੇ ਖਿਲਾਫ਼, ਸੰਵਿਧਾਨ ਦੀਆਂ ਭਾਵਨਾਵਾਂ ਦੇ ਖਿਲਾਫ਼ ਲਗਾਤਾਰ ਕੰਮ ਕੀਤਾ। ਅੱਜ ਜਦੋਂ ਸੰਵਿਧਾਨ ਦਾ ਮੁੱਦਾ ਸੈਂਟਰ ਸਟੇਜ 'ਤੇ ਹੈਗਾ, ਖਾਸ ਕਰ ਦਲਿਤ ਬੈਕਵਰਡ ਮਾਈਨੋਰਟੀ ਦੇ ਲਈ, ਉਦੋਂ ਅਸੀਂ ਇਹ ਲੋਕਾਂ ਮੂਹਰੇ ਗੱਲ ਇਹ ਲਿਜਾ ਰਹੇ ਹਾਂ ਵੀ ਜਿਹੜੀ ਕਾਂਗਰਸ ਆ ਉਹਨੇ ਲਗਾਤਾਰ ਬੰਦਿਆਂ ਨੂੰ ਅਨਪੜ੍ਹ ਬਣਾਉਣ ਲਈ ਕੰਮ ਕੀਤਾ। ਜਿਹੜਾ ਸਿੱਖਿਆ ਦਾ ਅਧਿਕਾਰ ਐਕਟ ਲੈ ਕੇ ਆਏ ਆ, ਉਹ 'ਚ ਕਿਹਾ ਵੀ 8ਵੀਂ ਤੱਕ ਫੇਲ੍ਹ ਨਹੀਂ ਕਰਨਾ। ਇਹਦਾ ਮਤਲਬ ਜਿਹੜਾ ਪਹਿਲਾਂ ਜਿਹੜਾ ਸੰਵਿਧਾਨ ਦੀ ਜਿਹੜੀਆਂ ਭਾਵਨਾ ਦੇ ਖਿਲਾਫ਼ ਕੰਮ ਕੀਤਾ ਕਾਂਗਰਸ ਨੇ ਕੀਤਾ, ਉਹੀ ਹੁਣ BJP ਉਸ ਤਰ੍ਹਾਂ ਲੋਕ ਮਤਲਬ ਲੋਕਾਂ ਦੇ ਖਿਲਾਫ਼ ਜਾ ਕੇ ਸੰਵਿਧਾਨ ਦੀ ਭਾਵਨਾ ਦੇ ਖਿਲਾਫ਼ ਕੰਮ ਕਰੀ ਆ, ਉਹੀ ਆਪ ਕਰ ਰਹੀ ਆ। ਇਸ ਕਰਕੇ ਇਹਨਾਂ ਜਿਹੜੀਆਂ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਕੇ ਜਿਹੜੀਆਂ ਪਾਰਟੀਆਂ ਇਹਨਾਂ ਨੇ ਲੋਕਾਂ ਦੇ ਖਿਲਾਫ਼ ਕੰਮ ਕੀਤਾ, ਉਹਨਾਂ ਨੂੰ ਬਦਲਣ ਦੀ ਲੋੜ ਆ। ਅਤੇ BSP ਜਿਹਨੇ ਆਪਣੇ ਰਾਜ ਦੇ ਵਿੱਚ, UP ਦੇ ਵਿੱਚ, ਔਰ BSP ਦੇ ਕੇਡਰ ਨੇ ਬਿਨਾਂ ਰਾਜ ਤੋਂ ਵੀ ਜਿਹੜਾ ਲਗਾਤਾਰ ਲੋਕ ਹਿੱਤਾਂ ਲਈ ਸੰਘਰਸ਼ ਕੀਤਾ, ਉਹਨੂੰ ਜਿਹੜਾ ਆ ਇਸ ਟਾਈਮ ਚੁਣਨ ਦੀ ਲੋੜ ਆ, ਤਾਂ ਕਿ ਇਹਨਾਂ ਪਾਰਟੀਆਂ ਦੇ ਖਿਲਾਫ਼ ਔਰ ਖਾਸ ਕਰ BJP ਦੇ ਖਿਲਾਫ਼ ਜਿਹੜੀ ਜਲੰਧਰ ਜਾਂ ਦੇਸ਼ 'ਚ ਕੋਈ ਤਕੜੀ ਲੜਾਈ ਦੇ ਸਕਦੀ ਆ, ਉਹ ਬਹੁਜਨ ਸਮਾਜ ਪਾਰਟੀ ਦੇ ਸਕਦੀ ਆ, ਔਰ ਉਹੀ ਲੋਕ ਹਿੱਤਾਂ ਦੀ ਜਿਹੜੀ ਰੱਖਿਆ ਕਰ ਸਕਦੀ ਆ।
ਇਸ ਕਰਕੇ ਉਹਦੇ ਲਈ ਅਸੀਂ ਅਪੀਲ ਕਰ ਰਹੇ ਹਾਂ ਵੀ ਸਾਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ ਤਾਂ ਕਿ ਅਸੀਂ ਵਧੀਆ ਢੰਗ ਦੇ ਨਾਲ ਜਿਹੜਾ ਇਹਨਾਂ ਪਾਰਟੀਆਂ ਦੇ ਵੱਲੋਂ ਜਿਹੜਾ ਲੋਕਾਂ ਦੇ ਖਿਲਾਫ਼ ਤੰਤਰ ਸਥਾਪਿਤ ਕੀਤਾ ਆ ਉਹਦੇ ਮੁਕਾਬਲੇ ਇੱਕ ਚੰਗਾ ਪ੍ਰਬੰਧ ਬਣਾ ਸਕੀਏ ਔਰ ਲੋਕਾਂ ਨੂੰ ਇੱਕ ਵਧੀਆ ਜ਼ਿੰਦਗੀ ਦੇ ਸਕੀਏ। ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਜਿੱਤੂਗਾ ਬਈ ਜਿੱਤੂਗਾ।